ਦੇਸ਼ ਦੇ ਸਰਵੋੱਚ ਨਾਗਰਿਕ ਪਦਮ ਪੁਰਸਕਾਰ 2023 ਲਈ 15 ਸਤੰਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਨੇ ਇਹਨਾਂ ਪੁਰਸਕਾਰਾਂ ਵਿੱਚ ਪਦਮ ਸ਼੍ਰੀ ਪਦਮ ਪੂਸ਼ਨ ਅਤੇ ਪਦਮ ਵਿਪੂਸ਼ਨ ਸ਼ਾਮਲ ਨੇ ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਪਦਮ ਪੁਰਸਕਾਰਾਂ ਲਈ ਆਨਲਾਈਨ ਨਾਮਜ਼ਦਗੀਆਂ ਦੀ ਪ੍ਰਕਿਰਿਆ ਇਸ ਸਾਲ ਪਹਿਲੀ ਮਈ ਨੂੰ ਸ਼ੁਰੂ ਕੀਤੀ ਗਈ ਸੀ ਅਤੇ ਪੁਰਸਕਾਰਾਂ ਦਾ ਐਲਾਨ ਅਗਲੇ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਵੇਗਾ ਇਹ ਪੁਰਸਕਾਰ ਕਲਾ ਸਾਹਿਤ ਅਤੇ ਸਿੱਖਿਆ ਖੇਡਾਂ, ਮੈਡੀਕਲ, ਸਮਾਜਿਕ, ਵਿਗਿਆਨਿਕ ਅਤੇ ਇੰਜੀਨੀਅਰਿੰਗ ਦੇ ਖੇਤਰ ਤੋਂ ਇਲਾਵਾ ਸਿਵਲ ਸੇਵਾਵਾਂ, ਕਾਰੋਬਾਰ ਅਤੇ ਸੰਤਰੀ ਖੇਤਰ ਵਿੱਚ ਵਿਸ਼ੇਸ਼ ਉਪਲਬਧੀਆਂ ਅਤੇ ਸੇਵਾ ਵਿੱਚ ਯੋਗਦਾਨ ਲਈ ਦਿੱਤੇ ਜਾਂਦੇ ਨੇ।